ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਤੁਹਾਨੂੰ ਤੁਸੀਂ ਆ ਦੇਖ ਸਕਦੇ ਹੋ ਤਸਵੀਰਾਂ ਦੋਹਾਂ ਦੇ ਮੇਰੇ ਤੇ ਹਮਲਾ ਕਰਦੇ ਮੈਨੂੰ ਗੋਲੀ ਮਾਰ ਤੁਹਾਡੀ ਪੱਗ ਨਹੀਂ ਬਣਾ ਸੀ ਤੇ ਮੇਰੀ ਪੱਗ ਬਈ ਫਤਿਹ ਦੀ ਸਾਂਝ ਕਰਨੀ ਆ ਇਹ ਜੀ ਫਤਿਹ ਬਣਾਉਣੀ ਆ ਸੀਪੀ ਸਾਹਿਬ ਘਰੇ ਬੈਠੇ ਆ ਪਤਾ ਲੱਗ ਜੇ ਵੀ ਅੱਜ ਲੋਕ ਇਨਸਾਫ ਪਾਰਟੀ ਦੇ ਹਰ ਮੈਂ ਤਾਂ ਜੋ ਜਿਹੜੀ ਪੱਗ ਮੇਰੀ ਨਹੀਂ ਹਰ ਬੰਦੇ ਦੀ ਪੱਗ ਲਈ ਆ ਅੱਜ ਫਤਿਹ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ 200 ਗੁੰਡੇ ਕਿਰਾਏ ਤੇ ਲੈ ਕੇ ਆ ਸਾਡੇ ਪੰਜ ਸ਼ੇਰਾਂ ਤੇ ਹਮਲਾ ਕਰਿਆ ਅੱਜ ਕਿੱਥੇ ਤੁਹਾਡੇ ਕਿਰਾਏ ਵਾਲੇ ਗੁੰਡੇ ਦਾ ਆ ਪੰਜ ਸੀਗੇ ਤੇ 200 ਟੁੱਟ ਗਿਆ ਮੇਰੇ ਤੇ ਗੁਰਜੋਤ ਸਿੰਘ ਗਿੱਲ ਭਾਈ ਹਰਜਾਬ ਸਿੰਘ ਗਿੱਲ ਜਮੈਰ ਸਿੰਘ ਗਿੱਲ ਉਹ ਬੈਠੇ ਵਿੱਚ ਜਮੈਰ ਸਿੰਘ ਜੀ ਕਿੱਥੇ ਆ ਜਮੈਰ ਸਿੰਘ ਜੀ ਜਮੈਰ ਸਿੰਘ ਜੀ ਅੱਗੇ ਹੋ ਆ 65 ਸਾਲ ਦੇ ਵਿਅਕਤੀ ਜਿਨ੍ਹਾਂ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਹਰਦੀਪ ਸਿੰਘ ਜਿਹੜਾ ਲੱਤ ਚੱਲ ਨਹੀਂ ਸਕਦਾ ਉਹਦੀ ਲੱਤ ਤੋੜਨ ਦੀ ਉਹਦੇ ਲੱਤ ਦੇ ਉੱਪਰ ਪੈ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਆ ਪੰਜ ਜੋੜੇ ਖੜੇ ਰਹੇ ਹਿੱਲੇ ਨਹੀਂ ਅਸੀਂ ਭੱਜੇ ਨਹੀਂ ਉੱਥੋਂ ਇਹ ਸਾਡੀ ਪੱਗ ਇਹ ਟਾਰਗੇਟ ਸੀ ਵੀ ਮੇਰੀ ਪੱਗ ਲਾਉਣੀ ਹੈ ਇਹ ਪੱਗ ਦੋਸਤੋ ਇਹ ਕਦੀ ਮੇਰੀ ਨਹੀਂ ਜਿਹੜਾ ਆਦਮੀ ਸਿਰ ਤੇ ਪੱਗ ਪਾਉਂਦਾ ਜਿਹੜਾ ਸਿੱਖ ਸਿੱਖ ਆਪਣੇ ਸਿਰ ਤੇ ਦਸਤਾਰ ਪਾਉਂਦਾ ਇਹ ਸਿੱਖ ਕੌਮ ਦੀ ਇੱਜ਼ਤ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਆਦਮੀ ਨੇ ਜਿਹੜਾ ਆਪ ਆਪਣੇ ਸਿਰ ਤੇ ਪੱਗ ਪਾਉਂਦਾ ਰਵਨੀਤ ਸਿੰਘ ਬਿੱਟੂ ਬਿੱਟੂ ਜੀ ਮੈਂ ਆਪਦੇ ਵਾਸਤੇ ਉੱਥੇ ਲੜਾਈ ਲੜਨ ਮੈਂ ਆਪ ਦੀ ਲੜਾਈ ਲੜਨੀ ਆ ਸੀ ਮੇਰੇ ਤੇ ਹਮਲਾ ਕਰਦੇ ਮੈਨੂੰ ਗੋਲੀ ਮਾਰ ਦਿੰਦੇ ਮੇਰੇ ਚਾਕੂ ਮਾਰ ਦਿੰਦੇ ਮੈਨੂੰ ਕੋਈ ਪਰਵਾਹ ਨਹੀਂ ਸੀ ਪਰ ਮੈਨੂੰ ਆਪਦੀ ਪੱਗ ਦੀ ਪਰਵਾਹ ਸੀ ਕਿ ਮੇਰੀ ਪੱਗ अमनजोत सिंह गरेवाल पंजाब पुलिस का मुलाजम आदमी जरा मेरी पग खिंच रहा देखो तुम मास्क पा के बड़ा सारा भी मेरी इनू इन्हें ऐसी मेरी पछाण तो होनी नहीं कोई गल नहीं प्रधान अब्बास राजा आ देखो तुसी आ ड्यूटी अफसर साहब जेड़े उत्ते मेरे ते हमला आया ते आ हाथ अपने आ देखो किवें खड़े आ नहीं उत्ते कुछ होया नहीं जिवें शर्म नहीं आती यार पंजाब पुलिस विक चुकी आ जमीर मर चुका पक्का तो तुसी मरदे हो ਤੁਸੀਂ ਵੀ ਸਾਡੇ ਪੱਕ ਸੇ ਹੋ ਨਾ ਤੁਸੀਂ ਸੋਚ ਰਹੇ ਨਹੀਂ ਇੱਕ ਸਿੱਖ ਦੀ ਪੱਕ ਨੂੰ ਹੱਥ ਮਾਰੇ ਆ ਆਪਣਾ ਆਪਣਾ ਆਈ ਵੁੱਡ ਹਾਵ ਦੋ ਜਾਂ ਗੈਸਟ ਤਾਂ ਬੋਲੋ ਆਪ ਆ ਬੰਦੂਕ ਲੈ ਕੇ ਆਹੀ ਪੁਲਿਸ ਮੁਲਾਜ਼ਮ ਗੈਂਗਸਟਰ ਜਿਹੜਾ ਹੁਣ ਬਣ ਚੁੱਕਿਆ ਆਓ ਜੀ ਜਮੈਲ ਜੀ ਆਓ ਨੇੜੇ ਆਓ ਆ ਦੇਖੋ ਆ ਮੁਲਾਜ਼ਮਾਂ ਦੀਆਂ ਫੋਟੋਆਂ ਜਿਹੜੇ ਮਾਲਟਾਊਨ ਥਾਣੇ ਵਿੱਚ ਪੋਸਟਡ ਆਏ ਇਹ ਦੇਖਿਆ ਨਹੀਂ ਪੁਲਿਸ ਨੂੰ ਜਰਨੈਲ ਸਿੰਘ ਐਸਐਚਓ ਸਾਹਿਬ ਉਦੋਂ ਕਿੱਥੇ ਸੀ ਕਿਉਂ ਨਹੀਂ ਬੋਲੇ ਆਹ ਮਾਡਲ ਡਾਊਨ ਮੌਜੂਦ ਹੈ ਇਹ ਜਾ ਕੇ ਵੀ ਕੌਣ ਆ ਇਹਨਾਂ ਨੂੰ ਲੋਕ ਜਵਾਬ ਦੇਣਗੇ ਜਰਨੈਲ ਸਿੰਘ ਜੀ ਆਓ ਜਰਨੈਲ ਸਿੰਘ ਲੈ ਲਓ ਜੋ ਕਿਹਾ ਇੱਧਰ ਆਓ ਯਾਰ ਆਹ ਆਪਣੇ 65 ਸਾਲ ਉਮਰ ਬੈਂਸ ਸਾਹਿਬ ਇਹਨਾਂ ਦੀ ਪੱਗ ਨੂੰ ਹੱਥ ਪਾਇਆ ਤੇ ਇਹ ਕਹਿੰਦਾ ਵੀ ਇਹਨਾਂ ਨੇ ਗਾਤਰੇ ਨੂੰ ਹੱਥ ਪਾਇਆ ਗਾਤਰੇ ਨੂੰ ਤੁਸੀਂ ਕਿਵੇਂ ਹੱਥ ਪਾਉਂਗੇ ਫਿਰ ਕਹਿੰਦਾ ਸ੍ਰੀ ਸਾਹਿਬ ਕੱਢ ਲਈ अपने आज हम इतने सवेरे मैं फोन करते मैं सुनेहे भेजते भी दोबारा हमला करना जथेदार साहब सुरेंद्र सिंह बैल जी कहते जथेदार साहब ने साथ झूठे इल्जाम लाए भी सनी ने दोबारा हमला करा इतने ही करा हम कि आ जाओ।
ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।